ਸਟਾਰ ਤੇਰਾ ਸੁਪਰ ਸਟਾਰ ਤੇ ਸੀ ਕਲਾਕਾਰ ਮੈਂ ਪੁੱਤ ਜੱਟ ਦਾ ਮੰਨਦਾ ਨਹੀਂ ਹਾਰ ਦੁਨੀਆ ਕੀ ਸੋਚੂਗੀ ਉਹ ਸਾਡੇ ਬਾਰੇ ਅੱਬਾ ਹੈਗਾ ਜੀ ਹਾਂਜੀ ਛੱਡਦੇ ਸਟਾਰ ਤੇਰਾ ਸੁਪਰ ਸਟਾਰ ਤੇ ਸੀ ਕਲਾਕਾਰ ਮੈਂ ਪੁੱਤ ਜੱਟ ਦਾ ਮੰਨਦਾ ਨਹੀਂ ਹਾਰ ਦੁਨੀਆ ਕੀ ਸੋਚੂਗੀ ਉਹ ਸਾਡੇ ਬਾਰੇ ਬਾਜੀ ਹੈਗੀ ਹੈ ਜੀ ਜੀ ਇਹਨਾਂ 'ਚ ਛੱਡਦੇ ਮੈਨੂੰ ਬਿਜਲੀ ਦਾ ਬਿੱਲ ਆਇਆ ਬੈਂਕ 'ਚ ਲੈ ਗਿਆ ਕਹਿੰਦਾ ਬਿੱਲ ਇੱਥੇ ਲੈਂਦੇ ਉਹਨੇ ਕਿਹਾ ਹੋ ਕਹਿੰਦਾ ਮੇਰੇ ਵੱਲ ਕੋਈ ਸੁੱਟ ਗਿਆ ਯਾਰ ਤੇਰਾ ਸੁਪਰ ਸਟਾਰ ਤੇ ਮੋਟਰਸਾਈਕਲ ਤੇ ਜਾ ਰਿਹਾ ਪੁਲਿਸ ਵਾਲਾ ਕਹਿੰਦਾ ਕਾਪੀ ਹਾਂ ਕਹਿੰਦਾ ਉਹਦੇ ਭੈਣ ਦੇ ਵਿਆਹ ਤੇ ਸੁੱਟਦੀ ਸੀ ਇਹਦੀ ਅੰਮੀ ਨੇ ਕਿਹਾ ਚਾਹ ਲਿਆ ਇਹਨੇ ਆਪਣੇ ਆਪੇ ਨੂੰ ਲੈਣ ਦਾ ਆਪਣੀ ਬੁੱਢੀ ਦੇ ਕਮਰੇ 6 ਬੰਦੇ ਲੈ ਗਿਆ ਉਹ ਕਹਿੰਦੀ ਇਹ ਕੌਣ ਨੇ ਕਹਿੰਦਾ ਛੱਡਦੇ ਚਿੱਟੀ ਸੋਹਣੀ ਮੈਂ ਨੀ ਛੱਡਣੀ ਮੇਰੇ ਮੱਥੇ ਤੇ ਡੋਲੀ ਬਣੀ ਭਾਈ ਜਾਨ ਬਲਕਿ ਤੇਰੀ ਭੈਣ ਫਰੰਟ ਵਾਲੇ ਛੱਡਦੇ ਜੇ ਮੈਂ ਛੱਡਦੀ ਇਹਨੇ ਫਿਰ ਇੰਜ ਵਾਪਸ ਆਉਣਾ ਹੀ ਚੌਰੀ ਸਾਹਿਬ
ਇੱਥੇ ਖਲੋਤੇ ਹੋ ਕਿਉਂ ਕੀ ਹੋਇਆ ਉਹ ਤੁਹਾਨੂੰ ਵਾਰੀ ਵਾਲੇ ਲੱਭ ਰਹੇ ਨੇ ਕਿਆ ਹੈ ਉਹ ਗੇਟ ਤੁਹਾਡੇ ਪਿਓ ਨੇ ਖੋਲਣਾ ਓਏ ਇਹ ਬਕਵਾਸ ਕਰਨ ਡਿਆ ਔਰ ਖਿਆਲ ਉਹ ਤੈਨੂੰ ਖਿੱਚਣ ਡਿਆ ਤੂੰ ਅੰਦਰੋਂ ਇਹਨੂੰ ਸਮਝਾਲਾ ਰੋਸ਼ਨਾ ਮੌੜਾ ਨਹੀਂ ਮਾਰਦਾ ਬਾਬੇ ਵਾਹ ਇਹ ਮਰਾਸੀ ਪਿੰਡ ਦਾ ਨਹੀਂ ਜੀ ਨਹੀਂ ਬੈਂਕ ਦਾ ਮੈਨੇਜਰ ਹੈ ਦਾਰ ਹੈ ਮਰਾਸੀ ਅੱਛਾ ਅੱਛਾ ਚਾਹੇ ਕੁਛ ਬੰਦੇ ਸ਼ੌਕੀਆ ਵੀ ਗਾਣ ਦਾ ਇਹੋ ਜਿਹੇ ਵਕੀਲ ਨੂੰ ਜੱਜ ਪੁੱਛੇ ਨਾ ਸਲੀਮ ਤੁਮਾਰਾ ਕਾ ਮਸਲਾ ਸਰ ਬਾਰਿਸ਼ ਹੋ ਰਹੀ ਮੈਂ ਇਸ ਲਈ ਅੰਦਰ ਖਲੋਤਾ ਅੱਛਾ ਗੱਲ ਤੁਹਾਡਾ ਪੁੱਤਰ ਬਾਹਰ ਜਾ ਰਿਹਾ ਹੈ ਸਰ ਨੇ ਬੜੇ ਪਿੰਡ ਦਾ ਇੱਕ ਨਾਂ ਆਇਆ ਬਾਈ ਅੱਛਾ ਅੱਛਾ ਹਕੀਮ ਨੂੰ ਜਾ ਕੇ ਨਾ ਅੰਮੀ ਨੇ ਘੱਲਿਆ ਕੋ ਬੰਦਾ ਸਹੀ ਹੋਇਆ ਗੁਰੂ ਕਾਰ ਨੇ ਬੜੇ ਵਾਲਾ ਬਗੈਰਤ ਇਨਸਾਨ ਬੜਾ ਬਗੈਰਤ ਇਹਦੀ ਬੁੱਢੀ ਨੇ ਕਿਹਾ ਦੁੱਧ ਗਰਮ ਕਰ ਹੱਥ ਫੇਰਨ ਲੱਗ ਪਿਆ ਅੱਛਾ ਗੱਲ ਸੁਣ ਮੇਰੀ ਤੁਸੀਂ ਸ਼ੁਰੂ ਤੋਂ ਗਾਉਂਦੇ ਹੋ ਮੈਂ ਮੇਰਾ ਪਿਓ ਦਾਦਾ ਸਾਰੇ ਗਾਉਣ ਆ ਰਹੇ ਆ ਗਾਉਣ ਵੇਖ ਕੋਈ ਨੀ ਇੱਥੇ ਕਿੰਨੇ ਆਉਣਾ ਉਹ ਗੱਲ ਕਰ ਕਿਹੜੀ ਕਰਨਾ ਹੈ ਜਿਹੜੇ ਜਿਹੜੇ ਆਉਣੇ ਸੀ ਬੱਬਰ ਸ਼ੇਰ ਹੈਗੇ ਨੇ ਚੀਤੇ ਲੋਕ ਨੇ ਆਏ ਹਾਏ ਚਾਰ ਚਾਰ ਦੋਸਤ ਡਰਾਮਾ ਵੇਖਣ ਆਉਂਦੇ ਨੇ ਆਏ ਹਾਏ ਇਹ ਹੱਸਦੇ ਇੱਕ ਨਹੀਂ ਹੱਸਦਾ ਕਿਉਂ ਉਹਨੇ ਸਾਰਿਆਂ ਦੀਆਂ ਟਿਕਟਾਂ ਭਰੀਆਂ ਹੁੰਦੀਆਂ ਉਹਨੂੰ ਸਾਰੇ ਡਰਾਮੇ 'ਚ ਸਸਤਾ ਹੋਇਆ ਹੁੰਦਾ ਅਤੇ ਫ੍ਰੀ ਵਾਲਾ ਚੌਥੀ ਸੀਟ ਤੁੱਟ ਕੇ ਕੈਸਾ ਉਹ ਜਿਹਨੇ ਟਿਕਟ ਭਰੀ ਕਰਦਾ ਤੂੰ ਪਾਗਲ ਹੋ ਗਿਆ ਅਤੇ ਹੱਸਣ ਵਾਲੀ ਗੱਲ ਹੀ ਨਹੀਂ ਹਾਲ ਚਾਲ ਕਿਸਮ ਦਾ ਬੰਦਾ ਬੈਠਾ ਹੁੰਦਾ ਸਾਰੇ ਬੰਦੇ ਨੂੰ ਬਹੁਤੀ ਸਮਝ ਆਉਂਦੀ ਐਵੇਂ ਗੱਲ ਕੀਤੀ ਨਾ ਫੱਕ ਫੱਕ ਕੈਸੀ ਗੱਲ ਬਹੁਤ ਆਲਾ ਵਿਆਹ ਵਰਮ ਬੰਦੇ ਨੂੰ ਪੁੱਛਿਓ ਨਾ ਕੈਸੀ ਗੱਲ ਹੋਈ ਚੀਨੀ ਮੁੱਕੀ ਓਏ ਡਾਂਸ ਕੈਸਾ ਲੱਗਾ ਤਬੀਰ ਦਾ ਪੈਂਪਰ ਵੀ ਮੁੱਕੇ ਨੇ ਉਹ ਡਰਾਮਾ ਪੂਰਾ ਵੇਖਣਾ ਹੀ ਨਹੀਂ ਸਹੁਰੇ ਆਏ ਨੇ ਸਹੀ ਗੱਲ ਤੁਹਾਡਾ ਵਿਆਹ ਹੋਇਆ ਸਾਡਾ ਅਲਹਮਦੁਲਿਲਾ ਹੋਇਆ ਭਾਈ ਤੇ ਸ਼ੁਕਰ ਕਰ ਸੋਹਣੀਆਂ ਕੁੜੀਆਂ ਕੋਲ ਖਲੋਤਾ ਨਹੀਂ ਤੇ ਤੇਰੀ ਸਕੀ ਬੁੱਢੀ ਤੇਰੇ ਮੂੰਹ ਤੇ ਛਾਪਰ ਚਾੜ ਕੇ ਚੁੰਮੀ ਲੈਂਦੀ ਮਾਲੇ ਨੂੰ ਇੱਥੇ ਮਰ ਗਏ ਅੱਛਾ ਇਹੋ ਜਿਹਾ ਸੋਹਣੇ ਮੁੰਡੇ ਨੂੰ ਕੋਈ ਵੈਸੇ ਬੁਲਾਏ ਨਾ ਉਰੇ ਅੱਜ ਨਹੀਂ ਮੌਲੇ ਨਾ ਮਾਰੇ ਮੌਲਾ ਨਹੀਂ ਮਰਦਾ ਭਾਈ ਜਾਨ ਕੀ ਬਾਜੀ ਮੇਰਾ ਵਿਆਹ ਕਰਾ ਦਿਓ ਇਹਦੀ ਨਾਲ ਇਹ ਕਰਵਾ ਦਿੰਦੇ ਨੇ ਤੈਨੂੰ ਪਸੰਦ ਹੈਗਾ ਬੜਾ ਪਸੰਦ ਇਹ ਤੇ ਆਪ ਕਹੇਗੇ ਮੌਲੇ ਇੱਕ ਬੰਦੇ ਨੇ ਚੰਡ ਮਾਰੀ ਕਹਿੰਦਾ ਇੰਜ ਨਹੀਂ ਮਰਦਾ ਉਹਨੇ ਛੁਰਾ ਮਾਰਦਾ ਜਿਹੜੇ ਬੱਚੇ ਬਗੈਰ ਨਿਕਾਹ ਹੋਏ ਨੇ ਨਾ ਜੀ ਜੀ ਉਹਨਾਂ ਦੀ ਮਰਦਾਂ ਨੂੰ ਸ਼ੁਮਾਰੀ ਸ਼ੁਰੂ ਹੋਈ ਹੈ ਹਰਾਮ ਦਾ ਨਹੀਂ ਮਰਦਾ ਉਹ ਤੂੰ ਨੀ ਸਹਿਣ ਕੀਤੇ ਨਹੀਂ ਤੇ ਤੂੰ ਅੰਬ ਲੈਣ ਆਇਆ ਸ਼ਾਦੀ ਹੋਈ ਤੁਹਾਡੀ ਨਹੀਂ ਹੋਣੀ ਵੀ ਨਹੀਂ ਕਿਉਂ ਢੋਲਕੀ ਬਦਲੋ ਕੋਈ ਜਗ੍ਹਾ ਬਦਲ ਸਾ ਲਿਆ ਕੋਈ ਰਿਸ਼ਤਾ ਲਿਆ ਫੇਰ ਇਹ ਵੀ ਗੁਲੂਕਾਰ ਹੋਇਆ ਜੀ ਜੀ ਉਹ ਸਹਿਰੀ ਟਾਈਮ ਲੋਕਾਂ ਨੂੰ ਜਗਾਉਂਦਾ ਸੀ ਗਿਟਾਰ ਲੈ ਕੇ ਭਰੋਦਿਆਂ ਦੇ ਵਿੱਚ ਪੌਣੇ ਦੋ ਹੋ ਗਏ ਵਜਾ ਗਏ ਕਈ ਸਲਾਮ ਮੈਨੂੰ ਘਰ ਲੈ ਗਿਆ ਆਪਣੇ ਬੱਚੇ ਨੂੰ ਕਹਿੰਦਾ ਬੇਟੇ ਕਹੋ ਪਾਪਾ ਆਪਣੇ ਚੱਲ ਲੈ ਕੁੱਤੇ ਦੇ ਪੁੱਤਾ ਮੇਰੀ ਤੇ ਬਦਦੁਆ ਸਾਰੀ ਦੁਨੀਆ ਮਰ ਜੇ ਤੂੰ ਕੱਲਾ ਹੀ ਰਹਿ ਜਾ ਆਪ ਹੀ ਰਕਸ਼ੇ ਵਾਲੇ ਨੂੰ ਕਵੇ ਚਬੁਰਜੀ ਜਾਣਾ ਆਪ ਹੀ ਵਿੱਚ ਬੈਗ ਕਵੇ ਮੈਂ ਨਹੀਂ ਜਾਣਾ ਆਪ ਹੀ ਦਹੀਂ ਵਾਲੇ ਨੂੰ ਕਵੇ ਅੱਧਾ ਕਿਲੋ ਦੇ ਆਪ ਹੀ ਬੈਗ ਕਵੇ ਖਤਮ ਹੋ ਗਏ ਆਪ ਹੀ ਭੈਣ ਵੇ ਆਏ ਆਪ ਹੀ ਰੋਵੇ ਆ ਇਹਨੂੰ ਇੱਕ ਬੰਦਾ ਕਹਿੰਦਾ ਤੇਰਾ ਪਿਓ ਮਰ ਗਿਆ ਕਹਿੰਦਾ ਚੁੱਪ ਕਰ ਜਾ ਮੇਰੇ ਕੋਲ ਇੱਕ ਹੋਰ ਹੈ ਇਹਦੇ ਘਰ ਬੱਚਾ ਹੋਇਆ
ਡਾਕਟਰ ਨੇ ਆਣ ਕੇ ਇਹਨੂੰ ਦੱਸਿਆ ਵੀ ਬੱਚਾ ਹੋਇਆ ਤੁਹਾਡੇ ਘਰ, ਕਹਿੰਦਾ ਮੇਰੀ ਬੀਵੀ ਨੂੰ ਨਾ ਦੱਸੀ, ਉਹਨੂੰ ਸਰਪ੍ਰਾਈਜ਼ ਦੇਣਾ। ਦੱਸ ਸਾਲਿਆ ਸੋਫੇ 'ਚ ਹੋਇਆ ਹਲੀਮ ਵਾਲਿਆਂ ਦਾ ਸਾਲਾ। ਮਾਨੂ ਮੁਕੱਦਸ ਭੈਣ ਨਾ ਪੇਸ਼ ਕਰ। ਤੂੰ ਭਾਜੀ ਆ, ਮੇਰੇ ਹਾਲਾਤ ਸਹੀ ਨੇ। ਮੈਨੂੰ ਦੱਸ ਦੇ ਤਾਂ ਤੁਰੀ ਫਿਰੀ ਜਾਣੀ ਜ਼ਮੀਨ ਤੱਤੀ। ਓਏ ਤੂੰ ਸਮਝਣ ਦੀ ਕੋਸ਼ਿਸ਼ ਕਰ। ਕੀ ਹੋਇਆ ਕੀ ਹੈ? ਮੈਂ ਇੰਜ ਕਰਕੇ ਖਲੋਤੀ ਸਾਂ। ਅੱਛਾ ਤੇ ਵੇਖੋ ਨਾ ਮਸੂਮ ਵੀ ਇੰਜ ਕਰਕੇ ਖਲੋਤੀ ਸਾਂ। ਹਾਂ ਮੈਂ ਇੰਜ ਕਰਕੇ ਖਲੋਤੀ ਸਾਂ। ਅੱਛਾ ਖਲੋਤੀ ਤੇ ਉਹਨਾਂ ਨੇ ਕਿਹਾ ਇੰਜ ਕਰਕੇ ਖਲੋ। ਓਏ ਥੋੜੀ ਇੱਧਰ ਹੋਇਆ, ਪਿਓ ਦੇ ਸਾਹਮਣੇ ਹਰਕਤਾਂ ਨਹੀਂ ਕਰੀ ਦੀਆਂ। ਹੁਣ ਦੱਸ ਤੈਨੂੰ ਮੈਂ ਕੀ ਦੱਸਾਂ ਤੇ ਕੀ ਪੁੱਛੇਗਾ? ਕੀ ਸਪੀਕਰ ਨਾਲ ਗੱਲਾਂ ਕਰ ਰਹੀ? ਇੱਧਰ ਖਲੋਤੇ ਬੰਦੇ। ਓਏ ਇੰਜ ਤੇ ਸੀ, ਇੰਜ ਤੇ ਬੰਦੇ। ਅੱਛਾ ਬਦਮਾਸ਼ ਤੇ ਆਪਸ। ਹਾਂ ਓਏ ਤੇਰੀ ਬਾਜੀ ਹੈ, ਦੋਵਾਂ ਦਾ ਰੰਗ ਇੱਕੋ ਜਿਹਾ ਹੈ ਨਾ। ਉਹ ਤੁਹਾਡਾ ਦੋਵਾਂ ਦਾ ਰੰਗ ਬੜਾ ਚਿੱਟਾ। ਤੁਸੀਂ ਕਦੇ ਤਵਾਇਫ ਦੇ ਬੱਚੇ ਤੇ ਨਹੀਂ? ਨਹੀਂ ਨਹੀਂ ਇਹ ਹੀ ਹੈ, ਮੈਂ ਨਹੀਂ। ਤਵਾਇਫ ਦੇ ਬੱਚੇ ਹੁੰਦੇ, ਅਸੀਂ ਵੀ ਕਹਿੰਦੇ ਲੋਕਾਂ ਨੂੰ ਛੱਡਦੇ ਛੱਡਦੇ। ਮੈਨੂੰ ਗੁੱਸਾ ਨਾ ਚੜਾ, ਮੈਂ ਤੇਰਾ ਮਕਾਨ ਪੁੱਟ ਕੇ ਲੈ ਜਾਣਾ। ਕਿੱਥੋਂ ਪੁੱਟ ਕੇ ਲੈ ਜਾਣਾ ਬੇਟੇ? ਤੂੰ ਹਿਲਾ ਨਹੀਂ ਸਕਦਾ। ਕੌਣ ਤੂੰ? ਮੈਂ ਬੜਾ ਤਾਕਤਵਰ ਆਦਮੀ ਹਾਂ। ਕੀ ਤਾਕਤਵਰ ਆ ਯਾਰ, ਲਾਈ ਜਿੱਦ ਰੱਖ। ਕਿੰਨੇ ਕਮਰੇ ਨੇ ਪਿੱਛੇ? 12 ਕਮਰੇ ਤੇਰੀ ਬੇਬੇ ਨੇ ਬਣਾਏ, ਸਾਰੇ ਸਕੂਲਾਂ ਤੇ ਬੈਠੇ ਹੀ ਉੱਥੇ ਹੀ ਖਾਂਦੇ ਆ ਬੱਚੇ। ਪਾਗਲ ਬਣਾ ਰਹੇ ਆ ਤੂੰ ਬਗੈਰ। ਉਹ ਜ਼ੁਲਫ ਦਾ ਕੁੰਡਲ ਖੁੱਲੇ ਨਾ, ਅੱਖ ਦਾ ਕਜਲ ਡੁੱਲੇ ਨਾ, ਚਲਕਈਆਂ ਸੂਲੀ ਚੜੀ ਵੇਦ ਪਿਆਰ ਦਾ ਖੁੱਲੇ ਨਾ। ਉਹ ਜ਼ੁਲਫ ਦਾ ਕੁੰਡਲ ਖੁੱਲੇ ਨਾ। ਭਾਜੀ ਅੱਲਾ ਨੂੰ ਡਰਾਮਾ ਵੀਡੀਓ ਹੋ ਰਿਹਾ ਸਾਰੇ ਬੈਠੇ। ਇਹਨੂੰ ਕਸਮ ਚੁਕਾ ਕੇ ਪੁੱਛੇ, ਮਰਾਸੀ ਨਹੀਂ, ਮੈਂ ਰਾਜਪੂਤ ਆ ਭਾਜੀ। ਤੇਰਾ ਦਿਲ ਕਰਦਾ ਤੇਰੇ ਸਾਹਮਣੇ ਕੋਈ ਕਰੇਲੇ ਗੋਸ਼ਤ ਪਕਾ ਕੇ ਉੱਤੇ ਧਨੀਆ ਛਿੜਕੇ ਅਦਰਕ ਛਿੜਕੇ। ਚੌਧਰੀ ਚੌਧਰੀ ਅਜੇ ਸੁੱਤਾ ਪਿਆ। ਚੌਧਰੀ ਜਿਹੜਾ ਮੈਨੂੰ ਬਚਾ ਸਕਦਾ? ਅੱਛਾ ਹਾਂ, ਤੁਸੀਂ ਤਾਂ ਮੈਨੂੰ ਮਰਾਸੀ ਲੱਗਦੇ ਹੋ ਬਾਕੀ। ਅੱਛਾ ਮਰਾਸੀ ਦੀ ਜ਼ਿੰਦਗੀ ਦੋ ਲਫ਼ਜ਼ਾਂ 'ਚ ਮੁੱਕ ਜਾਂਦੀ, ਬਿਸਮਿਲ੍ਲਾ ਤੇ ਖੈਰ ਹੋਵੇ। ਹੁਣ ਬਗੈਰ ਤਾਂ ਤੈਨੂੰ ਪਿੰਨੀ ਨਾਲ ਖੰਜਰ ਲੱਗਾ ਵਹਾਵਾਂ ਮੈਂ ਇਹਦੇ ਵੱਡੇ ਭਾਣ ਫਾਂਸੀ ਦੀ। ਸਾਰੇ ਰਾਜਪੂਤਾਂ ਦੇ ਅਸੀਂ ਪੁੱਤਰ ਆ, ਸਾਡੇ ਉਹ ਆਇਆ ਜੀ। ਪਰੇ ਹੋ ਜਾਓ ਬਈ, ਪਰੇ ਹੋ ਜਾਓ। ਕੌਣ ਹੈ? ਡੈਂਗੀ ਆਇਆ। ਚੌਧਰੀ ਸਾਹਿਬ ਮੈਨੂੰ ਬਚਾ ਲਓ। ਓਏ ਅੱਲਾ ਦੇ ਵਾਸਤੇ ਮੈਨੂੰ ਬਚਾ ਲਓ ਚੌਧਰੀ ਸਾਹਿਬ। ਉਹ ਕੁੜੀਏ ਮੈਂ ਨਾਸਤਕ ਪਾਇਆ ਨਹੀਂ, ਛੱਡਦੇ ਮੈਨੂੰ ਇੱਥੇ। ਪਿੱਛੇ ਦੌੜ ਰਿਹਾ ਹੋਇਆ ਨਾ ਤੂੰ ਵੀ ਗੱਲ ਕਲੀਅਰ ਕਰਨਾ। ਜਦੋਂ ਦੋ ਸ਼ਰੀਕ ਬੰਦੇ ਗੱਲ ਕਰਦੇ ਉਹਨਾਂ ਵਿੱਚ ਮਰਾਸੀ ਨਹੀਂ ਬੋਲੀ।
ਇਹਦੀ ਭੈਣ ਨਿਕਲੀ ਸਾਲੇ ਦੀ। ਸ਼ਨਾਖਤੀ ਕਾਰਡ ਤੇ ਵੀ ਰਾਣਾ ਅਮਦ ਹੁਸੈਨ ਲਿਖੇ ਆ। ਰਾਣਾ ਸ਼ਹਿਜ਼ਾਦਾ ਸ਼ਹਿਜ਼ਾਦਾ ਚੌਧਰੀ ਸਾਹਿਬ ਥੱਲੇ ਦਰਿਆ ਨਿਕਲ ਜਾਈ। ਉਹ ਕਹਿੰਦਾ ਪਾਣੀ ਚੈੱਕ ਕਰੋ ਪਾਣੀ ਯੱਕ ਠੰਡਾ ਉੱਤੇ ਆ ਕੇ ਕਹਿੰਦਾ ਤੁਸੀਂ ਗਾਂਢੀ ਟਾਇਟ ਕਰੋ। ਇੰਨੀ ਲੰਮੀ ਗੱਲ ਕਰ ਰਿਹਾ ਤੇਰੀ ਭੈਣ ਦੇ ਖਸਮਾਂ ਨੇ ਸਵੇਰੇ ਕੰਮ ਤੇ ਨੀ ਜਾਣਾ। ਕੁੜੀ ਕੌਣ ਹੈ? ਇਹ ਕੁੜੀ ਕਹਿੰਦੀ ਮੇਰੇ ਮਗਰ ਲੱਗੇ ਨੇ ਬੰਦੇ ਸ਼ੋਲਡਰ ਤੇ ਚਾਮ ਚੌਧਰੀ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਕਿਸੇ ਦੀ ਮਾਂ ਦੁਹਾਈ ਦੇਣ ਆਈ ਹੈ? ਅੱਛਾ, ਜਦੋਂ ਤੂੰ ਦੁਹਾਈ ਦੇਣੀ ਹੈ ਆਪਾਂ ਜੀ, ਕੋਈ ਖਰਚਾ ਤਾਂ ਨਹੀਂ ਹੁੰਦਾ? ਦੁਹਾਈ ਫ੍ਰੀ ਦਿੰਦੀ ਹੈ ਬਈ ਆਪਾਂ ਜੀ। ਅਸਲ ਚ ਗੱਲ ਪਤਾ ਕੀ, ਦਵਾਈ ਲੈ ਕੇ ਆਓ। ਠੰਡੇ ਕੁੜੀ ਦੇ ਤਰਲੇ ਕਰਨ ਡੇ, ਉਹਨੂੰ ਕੱਲ ਨੀ ਸਮਝਾਣੀ ਆਉਣ ਡਈ। ਸਿੱਧਾ ਕਹਾਂ ਬੀਬੀ, ਚਾਰ ਬੰਦੇ ਆ। ਤੁਸੀਂ ਸੁਣਾਓ, ਸਾਹਿਬ ਦਾ ਪੁੱਤਰ ਜਾ ਰਿਹਾ ਬਾਹਰ ਤੇ ਮੈਂ ਆਇਆ ਸੀ। ਅੱਛਾ ਵੀ ਤੇਰਾ ਰੌਣਕ ਮੇਲਾ ਲਾ ਕੇ ਰੌਣਕ ਮੇਲਾ, ਹੁਣ ਧੋਤੀ ਲਾ ਦੇ, ਸਾਣਿਆ ਲਾ ਦੇ ਲਿਆ। ਚਲੋ ਛੱਡੋ ਪਰਾਂ, ਤੂੰ ਨਾ ਬਾਜ਼ ਆਈ ਮਰਾਸੀ ਆ। ਅੱਛਾ ਹੁਣ ਲੱਡੂ ਕੱਢਣ ਗਿਆ ਭੈਣਾਂ ਨੂੰ ਲੈ ਕੇ ਜਾਣੇ ਨੇ। ਇਹ ਮੁੰਡਾ ਵੈਸੇ ਇੱਥੇ ਕੌਣ ਹੈ? ਅੰਬ ਕੀ ਭਾਅ ਨੇ ਉਹਨੇ ਕਿਹਾ 180 ਰੁਪਏ ਕਿਲੋ। ਉਹਨੂੰ ਜੇਬ ਚੋਂ 20 ਕੱਢ ਕੇ ਦਿੰਦਾ, ਕਹਿੰਦਾ ਮੈਂ ਗਰੀਬ ਆਦਮੀ ਆ, ਮੈਨੂੰ ਇੱਕ ਚੂਸਾ ਲਵਾ ਦੇ।